खेती कानूनों के खिलाफ संघर्षित किसान जथेबंदियों को नज़रअंदाज करके अजमेर सिंह लखोवाल वालों सुप्रीम कोर्ट में पाई गई पटीशन तो बाद लखोवाल यूनियन के खिलाफ सिर्फ दूसरिया किसान जथेबंदियों विच ही नहीं सगो लखोवाल यूनियन के अपने आगुओं विच भी रोस पाया जा रहा है। नाराजगी के चलदियां लखोवाल यूनियन के कई आगुओं वालों संगरूर ते बरनाला विच अस्तीफे तक दे दिए गए हैं। पंजाब विच किसानां दा संघर्ष तेज हुंदा जा रहा है। ये तस्वीरां संगरूर दियां हन जिथे भारी मात्रा विच किसान अते औरतां शामिल होईयां ने, परंतु भारतीय किसान यूनियन लखोवाल नूं उस समय वड्डा झटका लगा जदों यूनियन दे सारे नेतावां ने अस्तीफा दे दिता। दरअसल पिछले दिन ही संघर्ष विच शामिल सारी यूनियनां तों अलग हो के लखोवाल यूनियन दे प्रधान इस मामले नूं कोर्ट लै के चले गए सी। हालांकि बाद विच उन्होंने अदालत तो मामला वापस ले लिया सी, जिस कारण यूनियन दे नेता नाराज चल रहे सन। अस्तीफा देन मगरों सारे नेता एक आम किसान वांग धरने विच शामिल हो रहे ने। उन्हां दा कहना है कि जदों इकट्ठे मिलके चलण दी गल सी तां लखोवाल यूनियन दे अधिकारी बिना दस्से कोर्ट चले गए, जो गलत है। ਜਿਹੜਾ ਕੱਲ੍ਹ ਸੰਗਰੂਰ ਇਕਾਈ ਨੇ ਰਿਜਾਇਨ ਕਰਿਆ, ਉਹ ਇਹਨਾਂ ਗੱਲਾਂ ਨੂੰ ਹੀ ਲੈ ਕੇ ਕਰਿਆ ਵੀ ਜਿਹੜੀਆਂ ਲੋਕ ਸਾਡੇ ਕਨੀ ਉਂਗਲਾਂ ਕਰਦੇ ਤੇ ਇਹ ਸੁਪਰੀਮ ਕੋਰਟ ਨਾਲ ਜਿਹੜੇ ਆਪ ਉਧਰੇ ਗਏ ਨੇ, ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਉਹ ਸੱਚੇ ਮੰਨ ਰਿਹਾ ਹੁਣ ਵੀ ਉਹ ਲੋਕ ਠੀਕ ਹੀ ਕਹਿ ਰਹੇ ਸੀਗੇ। ਸਾਡਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੀਟਿੰਗਾਂ ਕਰਾਂਗੇ, ਮੀਟਿੰਗਾਂ ਕਰਕੇ ਅਤੇ ਇਹ ਕੋਈ ਫੈਸਲਾ ਲਵਾਂਗੇ। ਫਿਲਹਾਲ ਅਸੀਂ ਬਤੌਰ ਕਿਸਾਨ ਸੰਘਰਸ਼ਾਂ ਦਾ ਹਿੱਸਾ ਬਣੇ ਰਹਾਂਗੇ ਅਤੇ ਅੱਜ ਵੀ ਬਣੇ ਪਿਆ। ਅਗਰ ਗੱਲ ਸਰੂਰ ਜ਼ਿਲ੍ਹੇ ਕਰੀਏ, ਸਰੂਰ ਜ਼ਿਲ੍ਹੇ 'ਚ ਲਖੋਵਾਲ ਪਾਰਟੀ ਜਿਹੜਾ ਯੂਨੀਅਨ ਸੀ ਉਹਦਾ ਕਿੰਨਾ ਕੁ ਆਧਾਰ ਸੀ, ਜਿਹੜਾ ਤੁਹਾਡੇ ਨਾਲ ਕਿੰਨਾ ਕੁ ਲੋਕ ਜੁੜੇ ਹੋਏ? ਉਹਦਾ ਬਹੁਤ ਜ਼ਿਆਦਾ ਆਧਾਰ ਸੀ ਜੀ, ਬਹੁਤ ਜ਼ਿਆਦਾ ਲੋਕ ਨੇ ਇੱਥੇ। ਅੱਜ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਧਰਨੇ ਦੇ ਵਿੱਚ ਬੈਠੇ ਨੇ ਅਤੇ ਬੈਠੇ ਰਹਿਣਗੇ। ਮੇਰਾ ਨਾਂ ਰਘਵੀਰ ਸਿੰਘ। ਰਘਵੀਰ ਸਿੰਘ, ਪਹਿਲਾਂ ਅਸਤੀਫਾ ਦੇ ਦਿੱਤਾ ਗਿਆ ਹੈ ਲਖੋਵਾਲ ਗਰੁੱਪ? ਹਾਂਜੀ, ਮੈਂ ਸੀਨੀਅਰ ਮੀਤ ਪ੍ਰਧਾਨ ਬਲਾਕ ਧੂਰੀ, ਪਿਛਲੇ 25 ਸਾਲ ਤੋਂ ਲਖੋਵਾਲ ਸੀਗਾ, ਅੱਜ ਮੈਂ ਇੱਕ ਐਜ ਏ ਕਿਸਾਨ ਖੜਾ। ਅਤੇ ਕੀ ਕਾਰਨ ਮੰਨਦੇ ਹੋ ਤੁਹਾਨੂੰ ਅਸਤੀਫਾ ਦੇਣਾ ਪਿਆ? ਉਹਨਾਂ ਨੇ ਸਾਡੇ ਏਕਾ ਹੋਇਆ ਸੀ ਇਕੱਠੇ 31 ਜਥੇਬੰਦੀਆਂ ਦਾ, ਉਹਨਾਂ ਨੇ ਕਿਸੇ ਜਥੇਬੰਦੀ ਨਾਲ ਕੋਈ ਸਲਾਹ ਨਹੀਂ ਕੀਤੀ। ਉਸ ਤੋਂ ਬਾਅਦ ਦੂਜੀ ਗੱਲ, ਸਾਡੇ ਸੰਗਰੂਰ ਜ਼ਿਲ੍ਹੇ ਦੀ ਕਿਸੇ ਪ੍ਰਧਾਨ ਨਾਲ, ਕਿਸੇ ਮੀਤ ਪ੍ਰਧਾਨ ਨਾਲ, ਜਰਨਲ ਸਿੰਘ ਕੋਈ ਸਲਾਹ ਨਹੀਂ ਕੀਤੀ, ਪੰਜਾਬ 'ਚ ਵੀ ਨਹੀਂ ਕੀਤੀ ਹੋਣੀ ਉਹਨਾਂ ਨੇ। ਮੈਂ ਵਿਸ਼ਵਾਸ ਦਿਵਾਉਣਾ, ਆਪਣੀ ਮਰਜ਼ੀ ਕੀਤੀ ਹੈ ਹਰਿੰਦਰ ਸਿੰਘ ਲਖੋਵਾਲ ਨੇ। ਤੁਸੀਂ ਧਰਨੇ ਪ੍ਰਦਰਸ਼ਨ ਜਾਏ? ਅਸੀਂ ਐਜ ਏ ਕਿਸਾਨ ਪਹਿਲਾਂ ਵੀ ਸਾਡੇ ਪਿੰਡੋਂ ਮੈਂ 40 ਬੰਦੇ ਲੈ ਕੇ ਆਉਂਦੇ, ਹੁਣ ਵੀ ਲੈ ਕੇ ਆਇਆ ਕਰੂੰਗਾ। ਦੇਖੋ, ਲੋਕ ਨੇ ਜਿਹੜੇ ਕਿਸੇ ਲੀਡਰ ਦੇ ਬੰਨੇ ਨਹੀਂ ਹੁੰਦੇ, ਜੇ ਤਾਂ ਲੀਡਰ ਠੀਕ ਅਗਵਾਈ ਦਿੰਦਾ ਲੋਕ ਨਾਲ ਨੇ, ਜੇ ਲੀਡਰ ਕੋਈ ਗਲਤ ਫੈਸਲਾ ਲੈਂਦਾ ਤਾਂ ਲੋਕ ਉਹਨੂੰ ਛੱਡ ਜਾਂਦੇ ਨੇ, ਠੀਕ ਪਾਸੇ ਤੁਰਨਗੇ ਲੋਕ ਤਾਂ ਆਪਣੇ ਹੱਕਾਂ ਵਾਸਤੇ ਲੜਨਗੇ। ਇਹ ਤਾਂ ਲਖੋਵਾਲ ਨੂੰ ਘੱਟ ਜੇ ਜਾਣਾ, ਮੂਵਮੈਂਟ ਵਾਸਤੇ ਕੋਈ ਘਾਟਾ ਨਹੀਂ, ਮੂਵਮੈਂਟ ਤਾਂ ਚੜ੍ਹਨੀ ਹੈ। ਨਹੀਂ, ਇਹ ਤਾਂ ਹੁਣ ਉਹਦੀ ਮਰਜ਼ੀ ਹੈ, ਕਿਵੇਂ ਕਹਿ ਸਕਦੇ ਅਸੀਂ ਲਾਉਣਾ ਫੈਸਲੇ? ਵੈਸੇ ਸਿਆਣੀ ਲੀਡਰਸ਼ਿਪ ਉਹ ਹੁੰਦੀ ਹੈ ਜਿਹੜੀ ਤਾਲਮੇਲ ਇੱਕ ਵਾਰੀ ਬਣਾ ਲਿਆ, ਉਹਦੇ ਵਿੱਚ ਸਹਿਮਤੀ ਰੱਖੇ, ਉਹਨਾਂ ਦੀ ਸਹਿਮਤੀ ਨਾਲ ਹੀ ਕੰਮ ਕਰੇ, ਇਕੱਲਾ ਕੋਈ ਫੈਸਲਾ ਨਾ ਲਵੇ। ਘੋਲ ਨੇ ਜਿਹੜੇ ਜਿੱਤ ਵਾਸਤੇ ਲਿਜਾਣ ਵਾਸਤੇ ਇਸੇ ਗੱਲ ਦੀ ਮੰਗ ਕਰਦੇ ਨੇ, ਇਕੱਲਾ ਕੋਈ ਫੈਸਲਾ ਨਾ ਲਵੇ, ਸਮੁੱਚੇ ਤੌਰ 'ਤੇ ਸਾਰੀਆਂ ਜਥੇਬੰਦੀਆਂ ਬਹਿ ਕੇ ਉਹਨਾਂ ਦੇ ਲੀਡਰ ਬੈਠਣ, ਸੋਚ ਸਮਝ ਕੇ ਫੈਸਲਾ ਲੈਣ। ਸੰਗਰੂਰ ਤੋਂ ਕੁਲਬੀਰ ਨਾਮੋਲ ਦੀ ਰਿਪੋਰਟ, ਪੰਜਾਬ ਟੂਡੇ।